ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾ ਅਮਿਤ ਕੁਮਾਰ ਵੱਡੀ ਖਬਰ ਆ ਰਹੀ ਹੈ ਦਿੱਲੀ ਤੋਂ ਵੱਡੀ ਖਬਰ ਹੈ ਤੇ ਹਾਰ ਜੇਲ੍ਹ ਦੇ ਵਿੱਚ ਗੈਂਗਵਾਰ ਹੋਈ ਹੈ ਤੇ ਕਤਲ ਹੋਇਆ ਹੈ ਗੈਂਗਸਟਰ ਦਾ ਟਿੱਲੂ ਤਾਜਪੁਰੀਆ ਦਾ ਕਤਲ ਹੋ ਗਿਆ ਗੈਂਗਵਾਰ ਦੇ ਵਿੱਚ ਸਵੇਰੇ 6:30 ਵਜੇ ਇੱਕ ਘਟਨਾ ਵਾਪਰਦੀ ਹੈ ਲੋਹੇ ਦੀ ਰੋਡ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਗੈਂਗਸਟਰ ਟਿੱਲੂ ਤਾਜਪੁਰੀਆ ਤੇ ਜਿਸ ਦੇ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ ਇਲਾਜ ਦੇ ਲਈ ਦੀਨਦਿਆਲ ਉਪਾਦੇ ਹਸਪਤਾਲ ਦੇ ਵਿੱਚ ਉਸਨੇ ਆਖਰੀ ਸਾਹ ਲਏ ਨੇ ਇਲਾਜ ਦੌਰਾਨ ਉਸ ਦੀ ਮੌਤ ਹੋਈ ਆ ਲੋਹੇ ਦੀ ਰੋੜ ਦੇ ਨਾਲ ਕਈ ਵਾਰ ਹਮਲੇ ਉਸਤੇ ਕੀਤੇ ਜਾਂਦੇ ਨੇ ਤੇ ਇਹ ਸਾਰਾ ਜੋ ਵਰਤਾਂਤ ਹੈ ਇਹ ਵਾਪਰਿਆ ਤੇ ਹਾਰ ਜੇਲ੍ਹ ਦੇ ਵਿੱਚ ਸਵੇਰੇ ਸਵੇਰੇ ਇਹ ਖਬਰ ਆਈ ਹੈ ਜਿੱਥੇ ਹਮਲਾ ਕਰ ਦਿੱਤਾ ਜਾਂਦਾ ਹੈ ਦਿੱਲੀ ਦੀ ਤੇ ਹਾਰ ਜੇਲ੍ਹ ਦੇ ਪ੍ਰਸ਼ਾਸਨ ਦੇ ਵੱਲੋਂ ਹੁਣੇ ਜਾਣਕਾਰੀ ਸਾਂਝ ਕੀਤੀ ਜਾ ਰਹੀ ਹੈ ਕਿ ਟਿੱਲੂ ਤਾਸਪੁਰੀਆ ਦਾ ਜੇਲ੍ਹ ਦੇ ਵਿੱਚ ਖੂਨੀ ਝੜਪ ਦੇ ਦੌਰਾਨ ਮੌਤ ਹੋ ਗਈ ਹੈ ਉਸ ਦਾ ਕਤਲ ਕਰ ਦਿੱਤਾ ਗਿਆ ਤੇ ਇਹ ਜੋ ਸਾਰਾ ਮਾਮਲਾ ਹੋਇਆ ਇਸ ਨੂੰ ਲੈ ਕੇ ਇਹ ਗੈਂਗਾ ਦੇ ਵਿਚਾਲੇ ਦੁਸ਼ਮਣੀ ਦੱਸੀ ਜਾ ਰਹੀ ਹੈ ਦੋ ਗੈਂਗਾ ਦੇ ਦਰਮਿਆਨ ਇਹ ਦੁਸ਼ਮਣੀ ਸੀ ਤੇ ਇਸ ਦੇ ਵਿੱਚ ਟਿੱਲੂ ਤਾਸਪੁਰੀਏ ਦਾ ਕਤਲ ਹੋ ਗਿਆ ਪਹਿਲਾਂ ਉਸ ਨੂੰ ਜੇਲ੍ਹ ਦੇ ਵਿੱਚ ਮੁੱਢਲੀ ਜੋ ਮੈਡੀਕਲ ਸੁਵਿਧਾ ਉਹ ਦਿੱਤੀ ਜਾਂਦੀ ਹੈ ਪਰ ਜਦੋਂ ਹਾਲਤ ਗੰਭੀਰ ਹੋ ਜਾਂਦੀ ਹੈ ਤਾਂ ਉਸ ਨੂੰ ਰੈਫਰ ਕਰ ਦਿੱਤਾ ਜਾਂਦਾ ਦਿੱਲੀ ਦੇ ਦੀਨਦਿਆਲ ਹਸਪੀਟਲ ਦੇ ਵਿੱਚ ਉੱਥੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਵੱਡੀ ਜਾਣਕਾਰੀ ਇੱਥੇ ਨਿਕਲ ਕੇ ਆ ਰਹੀ ਹੈ ਕਿ ਉਸ ਤੇ ਰੋਡ ਦੇ ਨਾਲ ਕਈ ਵਾਰ ਹਮਲਾ ਕੀਤਾ ਗਿਆ ਤੇ ਜੋ ਵਿਰੋਧੀ ਗੈਂਗ ਸੀ ਵਿਰੋਧੀ ਗੈਂਗ ਦੇ ਵੱਲੋਂ ਇਹ ਸਾਰਾ ਪ੍ਰੋਪਰ ਪਲਾਨ ਬਣਾਇਆ ਗਿਆ ਸੀ ਰਾਤ ਨੂੰ ਬਣਾਇਆ ਗਿਆ ਸੀ ਤੇ ਸਵੇਰੇ ਉੱਠਦੇ ਸਾਰ ਇਹ ਹਮਲਾ ਉਸ ਤੇ ਕਰ ਦਿੱਤਾ ਗਿਆ ਰੋਡਾਂ ਦੇ ਨਾਲ ਇਹ ਹਮਲਾ ਕੀਤਾ ਗਿਆ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਸਾਰੇ ਘਟਨਾ ਦੇ ਵਿੱਚ 4 ਤੋਂ 5 ਜਣਿਆਂ ਨੇ ਟਿੱਲੂ ਤੇ ਹਮਲਾ ਕੀਤਾ ਟਿੱਲੂ ਤੇ ਲੋਹੇ ਦੀ ਰੋਡ ਦੇ ਨਾਲ ਹਮਲਾ ਕੀਤਾ ਗਿਆ ਤੇ ਸਭ ਨੂੰ ਲੈ ਕੇ ਟਿੱਲੂ ਦੀ ਮੌਤ ਹੋ ਗਈ ਆ ਇਸ ਦੀ ਉਮਰ 33 ਸਾਲ ਦੇ ਤਕਰੀਬਨ ਸੀ ਤੇ ਸਿਕਿਉਰਿਟੀ ਵਾਰਡ ਦੇ ਵਿੱਚ ਇਸ ਦਾ ਹਮਲਾ ਹੋਇਆ ਗੋਗੀ ਗੈਂਗ ਦੇ ਵੱਲੋਂ ਇਸ ਦਾ ਕਤਲ ਕੀਤਾ ਗਿਆ ਗੋਗੀ ਗੈਂਗ ਦੇ ਵੱਲੋਂ ਇਸ ਤੇ ਹਮਲਾ ਕੀਤਾ ਗਿਆ ਤੇ ਇਸ ਸਬ ਦੇ ਵਿੱਚ ਤਿੰਨ ਤੋਂ ਚਾਰ ਜਾਣੇ ਹੋਰ ਸ਼ਾਮਲ ਸੀ ਯੋਗੇਸ਼ ਟੁੰਡਾ ਸ਼ਾਮਲ ਸੀ ਇਸ ਦੇ ਨਾਲ ਹੀ ਦੀਪਕ ਤੀਤਰ ਸ਼ਾਮਲ ਸੀ ਤੇ ਨਾਲ ਹੀ ਰਾਜਵੀਰ ਸਿੰਘ ਵੀ ਇਸ ਕਤਲ ਦੇ ਵਿੱਚ ਸ਼ਾਮਲ ਸੀ ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਗਿਆ ਟਿੱਲੂ ਤਾਸਪੁਰੀਏ ਦਾ ਕਤਲ ਕਰ ਦਿੱਤਾ ਗਿਆ ਜੇਲ੍ਹ ਦੇ ਵਿੱਚ ਇੱਕ ਹੋਰ ਗੈਂਗਵਾਰ ਦੇਖਣ ਨੂੰ ਮਿਲੀ ਐ ਇਸ ਤੋਂ ਪਹਿਲਾਂ ਗੋਇੰਦਵਾਲ ਜੇਲ੍ਹ ਦੇ ਵਿੱਚ ਗੈਂਗਵਾਰ ਦੇਖਣ ਨੂੰ ਮਿਲੀ ਸੀ ਜਿੱਥੇ ਜੱਗੂ ਭਗਵਾਨਪੁਰੀਏ ਦੇ ਗੁਰਗਿਆਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਹੁਣ ਟਿੱਲੂ ਤਾਸਪੁਰੀਏ ਦਾ ਕਤਲ ਹੋਇਆ ਤੇ ਹਾਰ ਜੇਲ੍ਹ ਦੇ ਵਿੱਚ ਕਤਲ ਹੋਇਆ ਇਸ ਦਾ ਸਵੇਰੇ 6:30 ਵਜੇ ਲੋਹੇ ਦੀਆਂ ਰੋਡਾਂ ਦੇ ਨਾਲ ਇਸ ਤੇ ਹਮਲਾ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਇਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਇਲਾਜ ਦੇ ਲਈ ਦੀਨदयाल ਉਪਾਦੇਸ਼ ਹਸਪਤਾਲ ਲੈ ਕੇ ਜਾਇਆ ਜਾਂਦਾ ਪਰ ਉੱਥੇ ਇਹ ਦਮ ਤੋੜ ਦਿੰਦਾ ਆਪਣਾ ਉੱਥੇ ਇਸ ਦੀ ਮੌਤ ਹੋ ਜਾਂਦੀ ਆ ਉੱਥੇ ਨਹੀਂ ਸਰਵਾਈਵ ਕਰ ਪਾਉਂਦਾ ਟਿੱਲੂ ਤਾਸਪੁਰੀਆ ਤੇ ਉਸ ਤੋਂ ਬਾਅਦ ਇਹ ਸਾਰੀ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਦਿੱਲੀ ਦੀ ਤਿਹਾਰ ਜੇਲ੍ਹ ਦੇ ਪ੍ਰਸ਼ਾਸਨ ਦੇ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਟਿੱਲੂ ਤਾਸਪੁਰੀਏ ਦਾ ਕਤਲ ਹੋ ਚੁੱਕਿਆ ਹੈ ਲੋਹੇ ਦੀ ਰੋਡ ਦੇ ਨਾਲ ਉਸਤੇ ਹਮਲਾ ਕੀਤਾ ਗਿਆ ਸਵੇਰੇ 6:30 ਵਜੇ ਹਮਲਾ ਕੀਤਾ ਗਿਆ ਤੇ ਪਹਿਲੇ ਫਲੋਰ ਤੇ ਜੋ ਰੱਖੇ ਹੋਏ ਸੀ ਤੇ ਟਿੱਲੂ ਗਰਾਊਂਡ ਫਲੋਰ ਤੇ ਸੀ ਇਹ ਸਾਰਾ ਕੁਝ ਜੋ ਪੂਰੀ ਪਹਿਲਾ ਫਲੋਰ ਸੀ ਇਹ ਸਿਕਿਉਰਟੀ ਵਾਰਡਨ ਦੇ ਨਾਲ ਸਿਕਿਉਰਟੀ ਗਾਰਡਸ ਦੇ ਨਾਲ ਭਰਿਆ ਹੋਇਆ ਸੀ ਤੇ ਉਹ ਬੈੱਡ ਸ਼ੀਟਸ ਨੂੰ ਵਰਤ ਕੇ ਯਾਨੀ ਕਿ ਬੈੱਡ ਦੀਆਂ ਚਾਦਰਾਂ ਨੂੰ ਵਰਤ ਕੇ ਉਹ ਹੇਠਾਂ ਉਤਰਦੇ ਨੇ ਤੇ ਉਸ ਤੋਂ ਬਾਅਦ ਲੋਹੇ ਦੀ ਰੋੜ ਨਾਲ ਟਿੱਲੂ ਤਾਸਪੁਰੀਏ ਤੇ ਹਮਲਾ ਕਰਦੇ ਨੇ ਤੇ ਜਿਸ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਕਤਲ ਹੋ ਗਿਆ ਟਿੱਲੂ ਤਾਸਪੁਰੀਏ ਦਾ ਜੇਲ੍ਹ ਚ ਇਲਾਜ ਦੇ ਦੌਰਾਨ ਉਸ ਦੀ ਮੌਤ ਹੋਈ ਹੈ ਤੇ ਲਗਾਤਾਰ ਇਸ ਦੀ ਜੋ ਹੈ ਗੈਂਗਵਾਰ ਦੇਖ ਨੂੰ ਮਿਲ ਰਹੀ ਹੈ ਇਹਨਾਂ ਦੋਵਾਂ ਗੈਂਗਾ ਦੇ ਵਿਚਾਲੇ ਟਸਲ ਸੀ ਗੋਗੀ ਗੈਂਗ ਤੇ ਟਿੱਲੂ ਤਾਸਪੁਰੀਆ ਦੇ ਵਿਚਾਲੇ ਅਣਬਣ ਕਾਫੀ ਚੱਲੀ ਹੋਈ ਸੀ ਜਿਸ ਨੂੰ ਲੈ ਕੇ ਇਹ ਹਮਲਾ ਕੀਤਾ ਗਿਆ ਗੋਗੀ ਗੈਂਗ ਦੇ ਵੱਲੋਂ ਤੇ ਕਤਲ ਟਿੱਲੂ ਤਾਸਪੁਰੀਏ ਦਾ ਕਰ ਦਿੱਤਾ ਗਿਆ